ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹੜੇ ਡਿੱਠੇ ਸੰਤ ਗੁਰਦਾਸ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆਵੇ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਹਾਜ਼ਰੀ ਭਰੀ ਹੈ ਸਭ ਦੀ ਤਰ੍ਹਾਂ ਹਾਜ਼ਰੀ ਪ੍ਰਵਾਨ ਦਿਲ ਹੋਰ ਭੇਟਾ ਪ੍ਰਵਾਨ ਨਾਮ ਦਾ ਇਸ਼ਨਾ ਗੁਰ ਸਿੱਖੀ ਜੀਵਨ ਬਸੋ ਕਦਮ ਕਦਮ ਲਿਖੀ ਵਿੱਚ ਲਾਉਣੀ ਸਤਿਗੁਰ ਜੀ ਆਈ ਸੰਗਤ ਨੂੰ ਪਵਿੱਤਰ ਹੁਕਮਨਾਮੇ ਬਖਸ਼ੋ ਜੀ ਹੁਕਮਨਾਮੇ ਅਤੇ ਚੱਲਣ ਦੀ ਸਮਤ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਨਾਨਕ ਰਾਮ ਛੱਡਦੀ ਕਲਾ ਓਟ ਸਿਧਾਇਓ ਸੁਟਰ ਮਾਟੇ ਦੇਖ ਨਾਨਕ ਮਿਥਨ ਮੁਹਾਸਾ ਹੈ ਆਪੇ ਭਇਆ ਸਹਾਈ ਅਚਰਜ ਕੀਆ ਕਰਮੈ ਹਾਰੈ ਨਾਨਕ ਸੱਚ ਵਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗਰੀਬ ਦਾ ਨਹੀਂ ਅਮੀਰ ਦਾ ਨਹੀਂ ਕਿਸੇ ਦਾ ਇਹਦੇ ਵਿੱਚ ਲਿਹਾਜ਼ ਨਹੀਂ ਜਦੋਂ ਟਾਈਮ ਆ ਜਾਂਦਾ ਹਰ ਇੱਕ ਮਨੁੱਖ ਨੂੰ ਮਾਤ ਲੋਕ ਦੇ ਵਿੱਚੋਂ ਜਾਣਾ ਪੈਂਦਾ ਹੈ ਅਤੇ ਜਦੋਂ ਆਉਂਦਾ ਹੈ ਬੜੀਆਂ ਖੁਸ਼ੀਆਂ ਹੁੰਦੀਆਂ ਬਹੁਤ ਇੰਨੀ ਖੁਸ਼ੀ ਮਨਾਈ ਜਾਂਦੀ ਕਿ ਬੇਹੱਦ ਅਤੇ ਜਦੋਂ ਮਾਤ ਲੋਕ ਦੇ ਵਿੱਚੋਂ ਚਲੇ ਜਾਂਦਾ ਹੈ ਤਾਂ ਬੜਾ ਉਹਦਾ ਦੁੱਖ ਹੁੰਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਜੀ ਜੋ ਦੁੱਖ ਦੀ ਘੜੀ ਵਿੱਚ ਮੇਰੀ ਔਰ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੇਕਰ ਆਵਾਜ਼ ਹਜ਼ਾਰਾਂ ਕਿਲੋਮੀਟਰਾਂ ਦੀ ਲੱਖਾਂ ਕਿਲੋਮੀਟਰਾਂ ਦੀ ਦੂਰੀ 'ਤੇ ਸਹੀ ਸਲਾਮਤ ਜਾ ਸਕਦੀ ਹੈ। ਗੁਰੂ ਅਰੇ ਕੀਤੀ ਅਰਦਾਸ ਅਤੇ ਪਿਤਾ ਵੱਲੋਂ ਦਿੱਤੀ ਅਸੀਸ ਵੀ ਪਹੁੰਚਦੀ, ਜੋ ਕਿ ਅੱਜ ਇਹਨਾਂ ਦੇ ਬੱਚੇ ਬਲਦੇਵ ਜੀ ਉਹਨਾਂ ਦੇ ਆਪਣੇ ਪਿਤਾ ਦੀ ਅਸੀਸ ਤੋਂ ਵਾਂਝੇ ਹੋ ਗਏ। ਬਹੁਤ ਦੁੱਖ ਵਾਲਾ ਸਮਾਂ, ਕਿਉਂਕਿ ਪਿਤਾ ਦੇ ਹੁੰਦਿਆਂ ਬੱਚਿਆਂ ਦੇ ਉੱਤੇ ਕੋਈ ਟੈਨਸ਼ਨ ਨਹੀਂ ਹੁੰਦੀ, ਉਹਨਾਂ ਨੂੰ ਸਾਰਾ ਸੰਸਾਰ ਹੀ ਆਪਣਾ। ਮੇਰੇ ਛੋਟੇ ਵੀਰ ਸਰਦਾਰ ਬਲਦੇਵ ਸਿੰਘ ਜੀ ਸ਼ਾਹ, ਜਿਹੜੇ ਕਿ ਕੁਛ ਦਿਨ ਪਹਿਲਾਂ ਫਾਨੀ ਸੰਸਾਰ ਤੋਂ ਚਲੇ ਗਏ ਹਨ। ਬਹੁਤ ਵਧੀਆ ਪਰਿਵਾਰ ਆ, ਬਹੁਤ ਪੁਰਾਣਾ ਕਾਂਗਰਸੀ ਪਰਿਵਾਰ ਆ। ਅਸੀਂ ਤਾਂ ਇਹਨਾਂ ਦੇ ਸਰ ਅਵਤਾਰ ਸਿੰਘ ਸ਼ਾਹ ਜੀ ਦੀ ਉਂਗਲ ਫੜ ਕੇ ਤੁਰੇ ਹਾਂ, ਇਸ ਪਾਰਟੀ ਦੇ ਵਿੱਚ ਆਏ ਹਾਂ। ਇਹਨਾਂ ਦੇ ਬਹੁਤ ਸਾਰੇ ਪੁਰਾਣੇ ਲੀਡਰਾਂ ਨਾਲ, ਸਰਦਾਰ ਸੀਰਪੁਰਾ ਸਾਹਿਬ ਜੀ ਬੈਠੇ ਹੋਏ ਇੱਥੇ, ਉਹਨਾਂ ਨਾਲ ਬੜੇ ਨੇੜੇ ਸੰਬੰਧ ਨੇ ਸਾਡੇ, ਬੜੇ ਸਤਿਕਾਰਯੋਗ ਇੱਥੋਂ ਸਾਡੇ ਇੰਚਾਰਜ ਰਹੇ ਨੇ ਸਮਾਜਪੁਰੀ ਸਾਹਿਬ, ਉਹਨਾਂ ਦੇ ਵੀ ਬੜੇ ਸੰਬੰਧ ਚੰਗੇ, ਉਹ ਵੀ ਆਏ ਨੇ ਅੱਜ। ਸਾਡੇ MLA ਸਾਹਿਬ ਭੜਾਈਪੁਰ ਸਾਹਿਬ ਵੀ, ਇਹਨਾਂ ਨੇ ਆਖਿਆ ਵੀ ਮੈਂ ਜ਼ਰੂਰ 2 ਮਿੰਟ ਹਾਜ਼ਰੀ ਲਵਾਉਣੀ ਹੈ ਇਸ ਪਰਿਵਾਰ ਨਾਲ, ਕਿਉਂਕਿ ਬਹੁਤ ਜ਼ਿਆਦਾ ਇਹਨਾਂ ਦਾ ਪਰਿਵਾਰ ਦਾ ਸਾਰੇ ਇਲਾਕੇ ਦੇ ਵਿੱਚ ਹੀ ਉਹਦੇ ਤੁਸੀਂ ਵੇਖ ਲਿਆ। ਆਰਥਿਕ ਪੱਖੋਂ ਜ਼ਿੰਦਗੀ ਦੇ 2-3 ਪੱਖ ਹੁੰਦੇ ਆ, ਆਰਥਿਕ ਪੱਖ, ਸਮਾਜਿਕ ਪੱਖ ਅਤੇ ਧਾਰਮਿਕ ਪੱਖ, ਇਹ ਤਿੰਨਾਂ ਪੱਖਾਂ ਤੋਂ ਇਹ ਪਰਿਵਾਰ ਜਿਹੜਾ ਵਾ ਇਹਨਾਂ ਨੇ ਬਹੁਤ ਤਰੱਕੀ ਕੀਤੀ ਆ। ਸਰਦਾਰ ਬਲਦੇਵ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਸਨ, ਇਹ ਪਰਿਵਾਰ ਹੀ ਬਹੁਤ ਵਧੀਆ ਹੈ ਸਰਦਾਰ ਅਵਤਾਰ ਸਿੰਘ ਹੋਣਾਂ ਦਾ, ਬਹੁਤ ਪਿਆਰ ਵਾਲਾ ਪਰਿਵਾਰ, ਬਹੁਤ ਜ਼ਿਆਦਾ ਬਾਂਹ ਫੜਨ ਵਾਲਾ ਪਰਿਵਾਰ, ਦਸਾਂ ਨੌਵਾਂ ਦੀ ਕਿਰਤ ਕਰਨ ਵਾਲਾ ਪਰਿਵਾਰ ਸੀ ਇਹ, ਪਰ ਪਾਤਸ਼ਾਹ ਦਾ ਹੁਕਮ ਕੁਝ ਹੋਰ ਸੀ। ਮੈਂ ਜਿਸ ਦਿਨ ਇਹਨਾਂ ਦਾ ਸੰਸਕਾਰ ਸੀ ਉਸ ਦਿਨ ਸ਼ਮਸ਼ਾਨ ਘਾਟ ਪਹੁੰਚਿਆ, ਬੇਟਾ ਇਹਨਾਂ ਦਾ ਵਿਰਲਾਪ ਕਰ ਰਿਹਾ ਸੀ, ਭਰਾ ਵਿਰਲਾਪ ਕਰ ਰਿਹਾ ਸੀ, ਇੰਨਾ ਜ਼ਿਆਦਾ ਦੁੱਖ ਸੀ ਕਿ ਪਾਤਸ਼ਾਹ ਦੀ ਬਾਣੀ ਦੀਆਂ ਤੁਕਾਂ, ਇੱਥੀ ਮਾਰ ਪਈ ਗੁਰੂ ਲਾਵੇ ਤੈ ਕੀ ਦਰਦ ਨਾ ਆਇਆ, ਉਸ ਵੇਲੇ ਯਾਦ ਆ ਰਿਹਾ ਸੀ ਕਿ ਪਾਤਸ਼ਾਹ ਬੜੇ ਫਰਜ਼ ਰਹਿੰਦੇ ਸਨ ਵੀਰ ਦੇ ਨਿਭਾਉਣ ਵਾਲੇ, ਅਜੇ ਘਰ ਦੇ ਵਿੱਚ ਜ਼ਿੰਮੇਵਾਰੀ ਕੋਈ ਵੀ ਨਹੀਂ ਸੀ ਨਿਭਾਈ, ਅਤੇ ਇੰਨਾ ਜ਼ਿਆਦਾ ਸਫ਼ਰ ਜਿਹੜਾ ਜੀਵਨ ਦਾ ਰਹਿੰਦਾ ਸੀ, ਅਤੇ ਅਚਾਨਕ ਤੈਨੂੰ ਇਹਨਾਂ ਦੀ ਲੋੜ ਪੈ ਗਈ, ਪਰ ਕਰ ਕੁਛ ਨਹੀਂ ਸਕਦੇ ਇਸ ਫਾਨੀ ਸੰਸਾਰ 'ਤੇ, ਜੋ ਵੀ ਆਉਂਦਾ ਹੈ ਉਸਦਾ ਸੰਵਿਧਾਨ ਹੈ, ਉਸ ਨੂੰ ਜੱਜ ਦੇ ਵਾਂਗੂ ਕੰਮ ਕਰਨਾ ਪੈਂਦਾ ਹੈ। ਵਾਸਾ ਜੀ ਪੂੰਜੀ ਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਰਸਾਏ ਹਨ। ਅਸੀਂ ਪਰਮਾਤਮਾ ਅੱਗੇ ਇਹ ਅਰਦਾਸ ਬੇਨਤੀ ਕਰਦੇ ਹਾਂ, ਇਹ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਪਿੱਛੇ ਉਹਨਾਂ ਦਾ ਪਰਿਵਾਰ ਹੈ, ਸਰਦਾਰ ਗੁਰਵਿੰਦਰ ਸਿੰਘ ਜੀ ਲਾਡੀ ਜੀ, ਸਰਦਾਰ ਬਲਵਿੰਦਰ ਸਿੰਘ ਜੀ, ਉਹਨਾਂ ਦਾ ਬੇਟਾ ਸਰਵਿੰਦਰ ਸਿੰਘ ਜੀ, ਔਰ ਇਹਨਾਂ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਕੀ ਹੈ ਸੋਨਾ ਜੀ, ਜੇ ਆਪਣੇ 'ਚ ਬਲ ਹੋਵੇ ਅਤੇ ਗੁਣ ਹੋਣ ਤਾਂ ਸਰਕਾਰੀ ਮਸ਼ੀਨਰੀ ਨੂੰ ਗਾੜੀ ਗਾੜੀ ਲਾ ਲਈਦਾ। ਆ ਜਿਹੜਾ ਥਰਮਲ ਪਲਾਂਟ ਹੈ, ਇਹ ਵੀ ਉਦੋਂ ਦਾਸ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਪਾਸੋਂ ਮਨਜ਼ੂਰ ਕਰਾਇਆ ਸੀ। ਜਿਸ ਦਿਨ ਸ਼ਾਹ ਦੀ ਰੋਟੀ ਖਾਧੀ ਕੈਪਟਨ ਸਾਹਿਬ ਨੇ ਕੋਠੀ 'ਤੇ, ਉਸੇ ਦਿਨ ਸਾਰੀਆਂ ਫਾਈਲਾਂ ਦੂਜੇ ਤੀਜੇ ਦੱਸ ਦਿੱਤਾ ਸੀ ਕਿ ਆਹ ਸਾਰੇ ਹੀ ਕਰਮਚਾਰੀ ਵੱਡੇ ਛੋਟੇ ਬਿਜਲੀ ਦੇ ਮਹਿਕਮੇ ਦੇ ਨਾਲ ਆਏ ਸੀ। ਪਿਆਰ ਆ, ਹਰ ਇੱਕ ਮਾਈ ਭਾਈ ਦੇ ਚਰਨਾਂ ਵਿੱਚ ਬੇਨਤੀ ਆ ਕਿ ਪਹਿਲਾਂ ਗੁਰੂ ਦਾ ਪ੍ਰਸ਼ਾਦ ਵਰਤਾਇਆ ਜਾਏਗਾ, ਪ੍ਰਸ਼ਾਦ ਲਓ, ਬਾਅਦ ਵਿੱਚ ਗੁਰੂ ਦਾ ਲੰਗਰ ਤਿਆਰ ਆ, ਲੰਗਰ ਛੱਕ ਕੇ ਜਾਣਾ। ਸੋ ਦਾਸ ਫਿਰ ਦੁਬਾਰੇ ਬੇਨਤੀ ਆ, ਕਿਸੇ ਸਿੰਘ ਦਾ ਨਾਂ ਨਾ ਲਿਆ ਜਾਵੇ, ਦਾਸ ਨੂੰ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਝੂਠ ਹੈ, ਸਭ ਝੂਠ ਹੈ, ਸੇਵਾ ਹੈ ਭਾਈ
ਸੁਣਾਏ ਤੇ
बसेरा मेरी मेरी क्या करे जिन दिया सो प्रभ लोड़ मेरी मेरी क्या करे जिन दिया सो मेरे हर दियो सब
और कंधे भी बस भी एक खेत में कि कितने बड़े स्वास काटी है कि कितने उन्हें बताले हैं कि जड़े बताए हैं उधर कर्म का उन्हें फल किए कि जितने रह गए हैं उधर हिसाब कोई नहीं कितने हैं कि किन्हें बताने में बंदगी करनी है जहाँ लोकाचारी संसार विच वितर के उस परमात्मा ने बुला दिया बंदे बंद भी इख्तियार साहिब दोस्त इख्तियार कर दिते तो बंद भी जित कर पैसा हुआ कुदरत कीम न जानिए वड़ा वे परवाह कर बंदे तू बंदगी जिच घट में सा बंदे बंदे बंदगी इख्तियार बंदे बंदगी इख्तियार बंदे बंदगी इख्तियार साहिब रोज करो पे प्यार संसार
Yeah.
क्या जानो किस हर किया पयो कबीर 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 मेरा मुझ में किछ नहीं जो किछ है सो जिसकी बस्त सोई ले जाएगा की बस्त सोई ले जाएगा रोज की घर ना दयावे ताई सब थाई हुई सहाय दसवें पातशाह श्री गुरु गोबिंद सिंह साहिब जी सब थाई हुई सहाय दसा पातशाहियां दी जोत श्री गुरु ग्रंथ साहिब जी दी पाठ दीदार दा ध्यान करके खालसा जी बोलो जी वाहेगुरु।
ਦੇਖ ਕੇ ਅਨਿੱਟ ਕੀਤਾ ਤੇ ਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਭਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਨਾਲ ਨਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵਣ ਕਾ ਸਦਕਾ ਸਰਬ ਸੁਖ ਵਿਦਾ ਦਾ ਖਾਲਸਾ ਜੀ ਸਾਹਿਬ ਤਾਂ ਤਾਰ ਸ਼ਰਿਆਏ ਏਕ ਤੇਗ ਫਤਿਹ ਬਰਦਗੀ ਪਹਿਲ ਪੰਥ ਕੀ ਜੀਤ ਸ੍ਰੀ ਸਹਿਜ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਪਤ ਵਿਰਾਖੇ ਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਰਾਹਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਬਿਰਧ ਹਨ ਜਿਹਾ ਚੀਰੀ ਲਿਖਿਆ ਕਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਆ ਜੀ ਦੇ ਮਹਾਂਮਾਕਾਂ ਅਨੁਸਾਰ ਇਸ ਮਾਤ ਲੋਕ ਦੀ ਯਾਤਰਾ ਕਰਨ ਵਾਸਤੇ ਆਏ ਦਰ ਘਰ ਦੇ ਸੇਵਕ ਦਰ ਘਰ ਦੇ ਪ੍ਰੇਮੀ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਨੂੰ ਜਿੰਨੇ ਆਪ ਜੀ ਨੇ ਸ਼ਵਾਸ ਬਖਸ਼ਿਸ਼ ਕੀਤੇ ਇਸ ਮਾਤ ਲੋਕ ਦੀ ਯਾਤਰਾ ਕਰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪ੍ਰਲੋਕਮਨ ਖਰ ਗਏ ਉਹਨਾਂ ਦੇ ਸਤਿਗੁਰੂ ਪਾਤਸ਼ਾਹ ਜੀ ਨਮਿਤ ਪਰਿਵਾਰ ਨੇ ਛੋਟੇ ਵੱਡੇ ਪਰਿਵਾਰ ਨੇ ਆਪ ਜੀ ਦੇ ਭਾਣੇ ਵਿੱਚ ਰਹਿੰਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲ ਦੇ ਵਿੱਚ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਦੇ ਸੁਭਾਅ ਅਨੁਸਾਰ ਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੀ ਪੁਰਾਣ ਜੀਓ ਦੇ ਮਹਾਂਵਾਕ ਅਨੁਸਾਰ ਪਰਿਵਾਰ ਨੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਮਰਿਆਦਾ ਨੂੰ ਪੂਰਿਆਂ ਕਰਦਿਆਂ ਹੋਇਆਂ ਖੁੱਲ੍ਹੇ ਪੰਡਾਲ ਵਿੱਚ ਕੀਰਤਨ ਕਰਵਾਏ ਨੇ ਸਤਿਗੁਰੂ ਪਾਤਸ਼ਾਹ ਵੈਰਾਗ ਮਈ ਕੀਰਤਨ ਹੋਏ ਨੇ ਪੜ੍ਹੀ ਸੁਣੀ ਗੁਰਬਾਣੀ ਦਾ ਕੀਰਤਨ ਦਾ ਭਾਵ ਕਰਨਾ ਸਮੂਹ ਸੰਗਤ ਦੀ ਅਰਦਾਸ ਬੇਨਤੀ ਅਸੀਸੜੀਆਂ ਨੇ ਦਿਓ ਸੱਜਣੇ ਅਸੀਸੜੀਆਂ ਜੋ ਹੋਏ ਸਾਹਿਬ ਸਿਓ ਮੇਹਰ ਸਤਿਗੁਰੂ ਪਾਤਸ਼ਾਹ ਜੀ ਸਰਦਾਰ ਬਲਦੇਵ ਸਿੰਘ ਜੀ ਦੀ ਆਤਮਾ ਨੂੰ ਸੰਦੀਵੀ ਕਾਲ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਪਿੱਛੇ ਪਰਿਵਾਰ ਵਿੱਚ ਇਕੱਤਰਤਾ ਪਿਆਰ ਨਾਮ ਦਾਨ ਸ਼ਨੰਗ ਸਿੱਖੀ ਜੀਵਨ ਅੰਮ੍ਰਿਤ ਪਿੰਡ ਦਾ ਜਾਗਣਾ ਨਿਤ ਨਿਤੀਆਂ ਦਾਤਾਂ ਸੇਵਾ ਸਿੰਘ ਗੁਰੂ ਕਰਨਾ ਪਿਆਰ ਪਾਣੀ ਵਿੱਚ ਰਹਿਣ ਦੀ ਹਿੰਮਤ ਬੁੱਧੀ ਫਲ ਬਖਸ਼ਿਸ਼ ਕਰਨਾ ਸਤਿਗੁਰੂ ਪਰਿਵਾਰ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹੀ ਭੋਗ ਦੀ ਸਮਾਪਤੀ ਅੰਦਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੋਈ ਆਪ ਦੀ ਸੰਗਤ ਨੇ ਹਾਜ਼ਰੀ ਭਰੀ ਹੈ ਸਭ ਦੀ ਤਰ੍ਹਾਂ ਹਾਜ਼ਰੀ ਪ੍ਰਵਾਨ ਦਿਲ ਹੋਰ ਭੇਟਾ ਪ੍ਰਵਾਨ ਨਾਮ ਦਾ ਇਸ਼ਨਾਗੁ ਸਿੱਖੀ ਜੀਵਨ ਬਖਸ਼ੋ ਕਦਮ ਕਦਮ ਲਿਖੀ ਵਿੱਚ ਲਾਉਣੇ ਸਤਿਗੁਰੂ ਜੀ ਆਈ ਸੰਗਤ ਨੂੰ ਪਵਿੱਤਰ ਹੁਕਮਨਾਮੇ ਬਖਸ਼ੋ ਜੀ ਹੁਕਮਨਾਮੇ ਅਤੇ ਚੱਲਣ ਦੀ ਸਮਤ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਨਾਨਕ ਰਾਮ ਛੱਡਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੇ ਸਤਿ ਸਿਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਰੱਬ ਕੋ ਮਿਲੋ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਗੇ ਵਾਹਿਗੁਰੂ ਨਾਮ ਦਰਾਜ ਜੋ ਸ਼ਰਧਾ ਕਰ ਸੇਵੰਦੇ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋਮਿਆ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਓਟ ਸਿਧਾਇਓ ਸੁਟਰ ਮਾਟੇ ਦੇਖ ਨਾਨਕ ਮਿਥਨ ਮੁਹਾਸਾ ਹੈ ਰਣ ਰਾਉ ਨ ਕੋ ਰਹਿ ਰੰਗ ਨ ਤੁੰਗ ਪਖੀਰ ਵਾਰੇ ਆਪੋ ਆਪਣੇ ਕੋਈ ਨਾ ਬੰਦਾ ਧੀਰ ਸੁਕਹੋ ਟਲ ਗੁਰ ਸੇਵੀਆ ਸਹਿਨਸ ਸਹਿਜ ਸੁਭਾਏ ਦਰਸ਼ਨ ਤਿਸ ਮੂਤਾ ਜਨਮ ਮਰਨ ਦੁੱਖ ਜਾਏ ਹੋਵੇ ਸਿਫਤ ਖਸਮਦੇ ਨੂਰ ਅਰਸੋ ਪੁਰਸੋ ਝਟੀਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦਾ ਸ਼ਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਜਿਨ ਤੁਮ ਭੇਜੇ ਤਿਨਹੇ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹੇ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ ਰਹਾਉ ਪ੍ਰਗਟ ਕਿਨੇ ਪ੍ਰਭ ਕਰਨੇ ਹਾਰੇ ਨਾਸਨ ਭਜਨ ਥਾਕੇ ਘਰ ਮੰਗਲ ਵਜੇ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹੋ ਡੁਲਹੋ ਮਤ ਕਬਹੋ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਮ ਹਾਰੈ ਨਾਨਕ ਸੱਚ ਵਡਿਆਈ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਮ ਹਾਰੈ ਨ
नानक सच वड़ियाई। वाहेगुरु जी का खालसा, वाहेगुरु जी। उपरान कर खुले पंजाब के संत बैठे हैं, गुरु महाराज के प्रकाश हो रहे हैं, जिन्हें संत इतने आईया ने उन्हों का भाई बलदेव सिंह के परिवार न बहुत प्रेम नेड़ करके सारी संत आई आन के दुख साझा कर रही ने। हर एक मनुख जो महात्मक आता है उसने मातलोक दे विचों जाना जरूरी है, पर जदों छोटी उम्र के बंदा चल जाता है उसका सारन दुख ज़्यादा होता। रामचंद दसी से काल की एक कलवान, काल जत जे हो तो कुमर तो लकमान, बैद तनंत जीव तो सब तो जम बलवान। जामनू बलवान गिणा गया कहते कि राम चंद का शीशे काल किए कलवान, काल जतन जे हो तो क्यों मतो लुकमान, बैद तनंत जीव तो सब तो जम बलवान। जो किसी का टाइम आ जाता है जम आन के लै जाते ने, हर एक मनुख को इस मातलोक दे विचों जाना पैंदा है, क्योंकि इस वास्ते कि अं जतन करते हैं कि राजी हो जाए, तगड़ा हो जाए, पर शरीर कमजोर हो जाता है जो कोई और लग जाती है, तो कोई ना कोई ऐसी बिद ऐसा बहाना बनता है, फिर उसको मातलोक दे विचों जाना पैंदा है। पात उडंता बोलिया सुन तरवर बन राए, अब के बिसरे काम मिले धूर मिलेंगे जाए, आगे तरवर बोलिया सुनो पात मम बात, यही हमारा स्वभाव है एक आवत एक जात। सानू बड़ी सिक्ख्या मिलती रुखां तो, जो ये पत्तियां दा पंगारा चलता है हरिया रुख हुंदा है सारा रुख ही हरिया हो जाता है, तो जो ऐसा कोई टाइम आ जाता है वो पत्ता पत्ता किरदा किरदा सारे पत्ते किर जाते ने, जड़ा पत्ता किरिया वो कहिंदा कि मैनू ना जान दो कि मैं नाल ही टाणियां दे लगा रहा रुख दे, पर रुख कहिंदा कि साडा इहदा नाल तां संबंध नहीं गा, साडा इन्ना कि संबंध है जिन्ना चिर टाणी दे नाल लगा रहिंदा है उन्ना चिर साडा संबंध आ नेड़ आ, अहीं उहदा नेड़ करदे आ उहदा सत्कार करदे आ, जदों टाणी दे नाल टुट के थले डिग पैंदा पत्ता फिर उहनूं कोई पुछदा नहीं गा कि ना अहीं नवें पत्तियां नूं फिर गां पंगारा आउंदा ते फिर उह प्रफुल्लत हुंदा दुरागत। इस वास्ते हर एक मनुख मातलोक दे विच आउंदा वी आ जांदा वी आ, क्योंकि हर एक मातलोक दे विच आउणा है जाणा है, ये नहीं कि भी इत्थे लगे रहना है तो मुड़ के जाना नहीं, उन्हें जाना भी जरूरी है। रामचंद जी दा शीशे काल किए कलवान, काल जतन जे हो तो क्यों मतो लकमान, बैद तनंत जीव तो सब तो जम बलवान। ये जम इन्ना बलवान है किसी का लिहाज नहीं करता, वड्डे दा नहीं लिहाज, निक्के दा नहीं लिहाज, गरीब का नहीं अमीर का नहीं, किसी का ये लिहाज नहीं। जो टाइम आ जाता हर एक मनुख को मातलोक दे जाना पैंदा है, तो जो आता है बड़िया खुशियां होंदिया, बहुत इन्नी खुशी मनाई जाती कि बेहद, तो जो मातलोक दे चले जाता है तो बड़ा उहदा दुख होंदा, तो दुख के नाल हर एक दे नाल आउण जाण फिर बनिया आना जाना पैंदा है। इस वास्ते शाह जी उन्होंने बड़ा कमाई की है, सारिया संगतों नाल प्रेम नेड़ है, तो आदर सत्कार है, तो जो टाइम आता है ऐसा और लग जाए ऐसा बीमारियां लग जाए फिर उस मातलोक दे जाना पैंदा है। हर एक मनुख नूं, ये नहीं कि एक नूं तो दूजे नूं नहीं,
ਜਦੋਂ ਟਾਈਮ ਆ ਜਾਂਦਾ ਹਰ ਇੱਕ ਮਨੁੱਖ ਨੂੰ ਇਸ ਮਾਤਰੇ ਨੂੰ ਲੈ ਕੇ ਜਾਣਾ ਪੈਂਦਾ ਹੈ। ਇਸ ਵਾਸਤੇ ਮੈਂ ਇੱਥੇ ਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਸ਼ਾਹ ਜੀ ਹੁਣਾਂ ਦਾ ਆਪਣੇ ਸਥਾਈ ਨਿਵਾਸ ਆਪਣੇ ਚਰਨਾਂ ਕਮਲਾਂ ਵਿਖੇ ਬਖਸ਼ਣਾ, ਪਿੱਛੇ ਸਭ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬੁੱਧੀ ਬਖਸ਼ਣਾ, ਦੇਹ ਅਰੋਗਤਾ ਤੰਦਰੁਸਤੀਆਂ ਪਰਿਵਾਰ ਦੀਆਂ ਚੜ੍ਹਦੀਆਂ ਕਲਾਂ, ਰਿਸ਼ਤੇਦਾਰਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ, ਸਾਗ ਸੰਬੰਧੀਆਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ, ਇਸ ਵਾਸਤੇ ਮੈਂ ਇੱਥੇ ਹੀ ਫਤਿਹ ਬੁਲਾਉਣਾ ਹੈ ਕਿ ਸ਼ਾਹ ਜੀ ਹੁਣਾਂ ਦੇ ਪਰਿਵਾਰ ਨੂੰ, ਸ਼ਾਹ ਜੀ ਹੁਣਾਂ ਨੂੰ ਆਪਣੇ ਚਰਨਾਂ ਕਲਮਾਂ ਵਿੱਚ ਸਫਾਈ ਨਿਵਾਸ ਬਖਸ਼ੋ, ਕਿਸੇ ਸਭ ਪਰਿਵਾਰ ਨੂੰ ਭਾਣ ਮੰਨਣ ਦਾ ਬਲ ਬੁੱਧੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਹ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਜੀ, ਜੋ ਦੁੱਖ ਦੀ ਘੜੀ ਵਿੱਚ ਮੇਰੀ ਔਰ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਕਹਿਣਾ ਸੌਖਾ ਅਤੇ ਕਰਨਾ ਬਹੁਤ ਔਖਾ ਜੇ। ਭੈਣ ਜੀ ਗੁਰਵਿੰਦਰ ਕੌਰ, ਜਿਹੜੀ ਕਿ ਬਲਦੇਵ ਜੀ ਦੀ ਰਿਸ਼ਤੇ ਵਿੱਚੋਂ ਸਾਰੀ ਲੱਗਦੀ ਸੀ, ਉਹਨੇ ਆਪਣੇ ਦਿਲ ਦਾ ਗੁਰਦਾਸ ਦੇ ਦਿੱਤਾ। ਆਪਣੀ ਭੈਣ ਜਗਵਿੰਦਰ ਕੌਰ ਜੀ ਦਾ ਘਰ ਵੱਸਦਾ ਰਹਿਣ ਤੋਂ ਵੇਖਣ ਵਾਸਤੇ, ਪਰ ਮਨਜ਼ੂਰ ਹੁੰਦਾ ਵਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੁੰਦਾ ਵਾ। ਮਾਇਆ ਦੇ ਕਿਧਰੇ ਲਈ ਇਸ ਪਰਿਵਾਰ ਨੇ ਆਪਣੇ ਗੁਰਦੇ ਵੀ ਦਿੱਤੇ, ਪਰ ਉਹ ਸਤਿਗੁਰੂ ਨੂੰ ਨਹੀਂ ਚੰਗਾ ਲੱਗਾ। ਖੇਲ ਕਰਿੰਦੇ ਹੰਸ ਨੂੰ ਅਜਿੰਦੇ ਬਾਜ ਪਏ, ਬਾਜ ਪਏ ਅਤੇ ਸਰਹੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤੇ ਨਾ ਚੇਤੇ ਸਨ ਸੋ ਗਾਲੀ ਰੱਬ ਗਈਆਂ। ਭਈ ਇੱਥੇ ਕੋਈ ਜ਼ੋਰ ਨਹੀਂ, ਆਪਣੀ ਵਾਰੀ ਨਾਲ ਜਾਣਾ ਪੈਂਦਾ ਵਾ। ਸੋ ਮੈਂ ਬੁਲਾਰਾ ਕੇ ਬੇਨਤੀ ਕਰੂੰਗਾ ਕਿ ਬਹੁਤ ਗਰਮੀ ਆ ਅਤੇ ਬੁਲਾਰੇ ਵੀ ਬਹੁਤ ਆ, ਦੋ ਦੋ ਮਿੰਟ ਆਪਣੀ ਹਾਜ਼ਰੀ। ਪਹਿਲਾਂ ਮੈਂ ਬੇਨਤੀ ਕਰੂੰਗਾ ਮੇਘ ਸਿੰਘ ਖਡੂਰ ਸਾਹਿਬ ਪ੍ਰੈਸ ਸਕੱਤਰ ਵਾਲੇ, ਦੋ ਮਿੰਟ ਆਪਣੀ ਹਾਜ਼ਰੀ ਲਵਾਉਣ। ਹੈ ਮੇਘ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਮਹਿਮਾਨ ਸਮੁੱਚੀ ਸਾਧ ਸੰਗਤ, ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਇਸ ਪਰਿਵਾਰ ਦੇ ਵਿੱਚ ਦੁੱਖ ਦੇ ਸਮੇਂ ਵਿੱਚ ਸ਼ਾਮਿਲ ਹੋਏ ਹਾਂ, ਕਿਉਂਕਿ ਸਾਡਾ ਵੀਰ ਸਰਦਾਰ ਬਲਦੇਵ ਸਿੰਘ ਜੀ ਜੌਹਲ, ਜੋ ਕਿ ਸ਼ਾਹ ਪਰਿਵਾਰ ਦਾ ਜਿਹੜਾ ਦਸ ਪੁੱਤਰ ਸੀ, ਇਸ ਪਰਿਵਾਰ 'ਤੇ ਪਹਿਲਾਂ ਵੀ ਮੁਸ਼ਕਲਾਂ ਆਈਆਂ, ਪਹਿਲਾਂ ਸਾਹ ਜੀ ਚਲੇ ਗਏ, ਲੇਕਿਨ ਗੁਰੂ ਮਹਾਰਾਜ ਦੇ ਅੱਗੇ ਜ਼ੋਰ ਨਹੀਂ ਚੱਲਦਾ। ਮੈਂ ਸਮਝਦਾ ਅੱਜ ਉਹਨਾਂ ਦੇ ਬਲਦੇਵ ਜੀ ਦੇ ਬੱਚੇ ਬੜੇ ਛੋਟੇ ਨੇ, ਬੱਚਿਆਂ ਨੂੰ ਬੜੀ ਪਿਤਾ ਦੀ ਲੋੜ ਹੁੰਦੀ ਹੈ, ਬੜਾ ਜ਼ਿਆਦਾ ਆਸ਼ੀਰਵਾਦ ਮਿਲਦਾ। ਅਸੀਂ ਵੀ ਹੁਣ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਜਦੋਂ ਅਰਦਾਸ ਕਰੀਦੀ ਕਈ ਵਾਰੀ ਮਨ ਵਿੱਚ ਵਿਚਾਰ ਆ ਜਾਂਦੀ ਆ ਕਿ ਸਾਡੇ ਵੱਡੇ ਵੀ ਗੁਰੂ ਅੱਗੇ ਅਰਦਾਸ ਕਰਦੇ ਰਹੇ, ਅਸੀਂ ਵੀ ਕਰ ਰਹੇ ਹਾਂ, ਪਤਾ ਨਹੀਂ ਇਹ ਅਰਦਾਸ ਗੁਰੂ ਅੱਗੇ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ। ਲੇਕਿਨ ਅੱਜ ਦੁਨੀਆ ਨੇ ਬੜੀ ਤਰੱਕੀ ਕੀਤੀ, ਹਰ ਇੱਕ ਦੀ ਜੇਬ ਦੇ ਵਿੱਚ ਮੋਬਾਈਲ ਫੋਨ, ਜਦੋਂ ਆਪਾਂ ਫੋਨ ਕਰਦੇ ਹਾਂ ਝੱਟ ਪਛਾਣ ਲੈਂਦਾ ਵਿਦੇਸ਼ 'ਚ ਬੈਠਾ ਸਾਡਾ ਬੱਚਾ ਬੇਟਾ ਬੇਟੀ ਕਿ ਮੇਰਾ ਪਿਤਾ ਬੋਲਦਾ, ਮੇਰਾ ਭਰਾ ਬੋਲਦਾ, ਮੇਰਾ ਚਾਚਾ ਬੋਲਦਾ। ਜੇਕਰ ਆਵਾਜ਼ ਹਜ਼ਾਰਾਂ ਕਿਲੋਮੀਟਰਾਂ ਦੀ ਲੱਖਾਂ ਕਿਲੋਮੀਟਰਾਂ ਦੀ ਦੂਰੀ 'ਤੇ ਸਹੀ ਸਲਾਮਤ ਜਾ ਸਕਦੀ ਹੈ, ਗੁਰੂ ਵਾਲੇ ਕੀਤੀ ਅਰਦਾਸ ਅਤੇ ਪਿਤਾ ਵੱਲੋਂ ਦਿੱਤੀ ਅਸੀਸ ਵੀ ਪਹੁੰਚਦੀ, ਜੋ ਕਿ ਅੱਜ ਇਹਨਾਂ ਦੇ ਬੱਚੇ ਬਲਦੇਵ ਜੀ ਉਹਨਾਂ ਦੇ ਆਪਣੇ ਪਿਤਾ ਦੀ ਅਸੀਸ ਤੋਂ ਵਾਂਝੇ ਹੋ ਗਏ ਹੈ। ਬਹੁਤ ਦੁੱਖ ਵਾਲਾ ਸਮਾਂ, ਕਿਉਂਕਿ ਪਿਤਾ ਦੇ ਹੁੰਦਿਆਂ ਬੱਚਿਆਂ ਦੇ ਉੱਤੇ ਕੋਈ ਟੈਨਸ਼ਨ ਨਹੀਂ ਹੁੰਦੀ, ਉਹਨਾਂ ਨੂੰ ਸਾਰਾ ਸੰਸਾਰ ਹੀ ਆਪਣਾ। ਗੁਰੂ ਦੇ ਅੱਗੇ ਜ਼ੋਰ ਨਹੀਂ ਚੱਲਦਾ। ਪਰਿਵਾਰ ਨੇ ਬੜੀ ਵੱਡੀ ਜੰਗ ਲੜੀ ਕਿ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਦਾ ਇਲਾਜ ਕਰਾਉਣ। ਕਈ ਇਹੋ ਜਿਹੇ ਵੀ ਇਨਸਾਨ ਮਿਲਦੇ ਆ ਕਿ ਜਿਨ੍ਹਾਂ ਦੇ ਪਰਿਵਾਰ ਨੂੰ ਰੱਬ ਨੇ ਸਭ ਕੁਝ ਦਿੱਤਾ ਹੋਵੇ ਅਤੇ ਉਹ ਆਪਣੇ ਪਿਤਾ ਦੀ ਸੇਵਾ ਕਰ ਤੋਂ ਆਨਾ ਕਰਨੀ ਕਰਦੇ ਆ। ਮੈਨੂੰ ਯਾਦ ਆ ਗਈ ਇੱਕ ਗੱਲ ਕਰਕੇ ਮੈਂ ਸਮਾਪਤ ਕਰਾਂਗਾ, ਗਰਮੀ ਬਹੁਤ ਜ਼ਿਆਦਾ। ਅੱਜ ਤੋਂ 15-18 ਸਾਲ ਦੀ ਪਹਿਲਾਂ ਦੀ ਗੱਲ ਦੱਸਣ ਲੱਗਿਆ ਕਿ ਮੈਨੂੰ ਇੱਕ ਕਿਸੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੱਡਾ ਅਫਸਰ ਲੱਗਿਆ, ਪੂਰੇ ਜ਼ਿਲ੍ਹੇ ਦੇ ਵਿੱਚ ਇੱਕੋ ਅਫਸਰ ਹੁੰਦਾ, ਉਹਦਾ ਮੈਨੂੰ ਫੋਨ ਆਇਆ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ, ਕਿ ਮੈਨੂੰ ਕਹਿਣ ਲੱਗਾ ਇਕਬਾਲ ਜੀ ਤੁਹਾਡੇ ਦਾ ਮੈਨੂੰ ਕੰਮ ਬੜਾ ਜ਼ਰੂਰੀ, ਤੁਸੀਂ ਜ਼ਰੂਰ ਮਿਲੋ। ਮੈਂ ਕਿਹਾ ਫੋਨ 'ਤੇ ਦੱਸ ਦਿਓ ਜੀ, ਕਹਿੰਦੇ ਕਿ ਫੋਨ 'ਤੇ ਨਹੀਂ ਮੈਨੂੰ ਮਿਲ ਕੇ ਗੱਲ ਕਰ। ਮੈਂ ਅਲਫਾ ਵਨ ਜਿਹੜਾ ਅੰਮ੍ਰਿਤਸਰ ਮੌਲ ਉਹਦੇ ਸਾਹਮਣੇ ਉਹਦੇ ਕੋਠੀ ਗਿਆ, ਜਦੋਂ ਜਾ ਕੇ ਮਿਲਿਆ ਅਤੇ ਮੈਨੂੰ, ਮੈਂ ਕਿਹਾ ਦੱਸੋ ਭਾਅ ਜੀ, ਕਹਿਣ ਲੱਗੇ ਮੇਰੀ ਘਰ ਵਾਲੀ ਵੀ ਸਰਕਾਰੀ ਨੌਕਰੀ ਕਰਦੀ ਆ, ਮੈਂ ਵੀ ਤੁਹਾਨੂੰ ਪਤਾ ਜ਼ਿਲ੍ਹੇ ਦਾ ਅਫਸਰ ਲੱਗਿਆ।
लेकिन मेरे ना पिता जी बीमार रहिंदे आ, मैं तुहाडे को सिफारिश पाउणी किसे ना किसे नूं कह के उन्होंने ना पिंगल वाले दाखल करा। गुरु की हाजिरी च मैं कह रहा, मैनू उदो मेरे को कोई लफ्ज नहीं बोलन लई, इहनूं मैं स्याणे बैणे इंसान नूं एडे वड्डे अफसर नूं की कहां। तो मैं दिल से गुरु अगे अरदास की, मैं कहा सच्चे पातशाह जिंदगी च इहो जिहे इंसान ते मैनूं मत्थे लगन दा टाइम ना बच। तो गुरु की हाजरी कह रहा कभी रब की कृपा रही, कभी उस अफसर के मुड़के मत्थे लगन का टाइम नहीं, क्योंकि कुछ इंसान ये होंगे सारे माँ प्यो की इच्छा होती मेरा बच्चा तरक्की करे, वड्डा होके कामयाब होवे। मैं समझदा कुछ परिवार यहो जिहे होंदे, कुछ परिवार यहो जिहे मैनूं दस रहे सी स्टेज शक्ति साहब कि अपने शरीर का हिस्सा अंग दे के भी अपने परिवारक मैंबर नूं बचाउण दा जतन। लेकिन गुरु दे अगे बंदा बेबस हो जाता। मैं परिवार जिते परमात्मा दे अगे अरदास जोदड़ी बेनती करता कि सच्चे पातशाह सरदार बलदेव सिंह जी की आत्मा को अपने चरणा च निवास बख्शो, उत्थे परिवार को भाणा मनण का बल बख्शो, ते गुरु महाराज रहमत करियो परिवार आने वाले समय से दिन दुगड़ी ते रात चौकड़ी तरक्की करे, अते सरदार बलदेव सिंह जी के बच्चे अपने पिता के पाए पूर्णिया महाराज हुक्म मन के वह कामयाब होके अपने पिता का नाम रोशन कर। वाहेगुरु जी का खालसा, वाहेगुरु जी की फतह। बाकी गुरभजन सिंह जी करने वाला इस परिवार ना बहुत नेड़े की रिश्तेदारी आ, वो भी इतों हो के अपनी हाजरी दवा के गए जी। कश्मीर सिंह शाह जी खड़ूर साहब, उन्होंने भरा भाई बलवीर सिंह जी खड़ूर साहब, भाग सिंह जी मल्ला, इन्होंने सिंधियाँ तो टाइम नहीं गर्मी हो करके दे सकता। हम मैं बेनती करूँगा प्रदीप कुमार चौपड़ा पुत्रियों वाले दो मिनट अपने परिवार को सह परिवार में दुख साझा कर दो मिनट दसा पाठ तन तन श्री गुरु ग्रंथ साहब जी की पवित्र गोच लाल पिठी गुरु रूप गुरु प्यारी सत सिंह जी आओ फतेह जी साझ करिए। वाहेगुरू जी का खालसा, श्री वाहेगुरू जी की फतेह। जिहा चीज ही लिखा यहा हुक्म कमाए कले आवे ननका सदे उठे जाए, ये महावाका अनुसार साढ़े बहुत ही सत्कारयोग मेरे छोटे वीर सरदार बलदेव सिंह जी शाह जिहड़े कि कुछ दिन पहला इस फानी संसार तों चले गए हैं, अज उन्हां दा ही अंतम अरदास वेले सारे मेरे वीर भैन भरा सिंह जी इन्हां दे नाल साडा अजदा नहीं चौथी पंजवीं पीढ़ी होगी बहुत प्यार है, क्योंकि इस परिवार ने साडा बूटा लाया है। बूटा इस तरह लाया मैं कहने तो परहेज नहीं करता, इस इन्हां दी अपने शाह जी की जिहड़ी भैन सी उह चनेरमापुर च ब्याहपुर वाले उन्हां दे बेटे भी इत्थे बैठे हैं, भगवंत सिंह भी आया, बलूक सिंह भी आया। इन्हां जो भी सानू कोई दर्दी जो भी कोई लोड पैंदी जे ताया जी नूं आखी दा ताया जी पैसे चाहिए आ, उन्हां उस वेले आउणा सरदार मुख्तार सिंह को अवतार सिंह सा इन्ने रुपये चाहिए दे दो। मैं ये गल नहीं करता कि वह अज लोग करते भी ये की कह रहे हैं, ये सच्चाई वाली गल है। ये शाह परिवार पहले दुने बहुत वधिया परिवार है। सो भराओ मैं अपने लाडी भाजी को यह जरूर अपील करूँगा कि अपने भरा बलदेव सिंह के जान के मगरों जेडे उन्होंने बच्चे आ उन्होंने तुम तगड़े हो गए पालन पोषण करना है अगे ना वधिया, ये ना उन्होंने पता लगे मेरे पिता जी जेडे है सरदार बलदेव सिंह जी के सरदार साहब ਸਰਬੰਧਨ ਭਾਣਾ ਮਲਾ ਦਾ ਬਾਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ ਸੋਨਾ, ਇੰਸਪੈਕਟਰ ਸਾਹਿਬ ਹਰਪ੍ਰੀਤ ਸਿੰਘ ਜੀ ਹੈਪੀ ਢੰਡੇਰ, ਪਰਮਜੀਤ ਸਿੰਘ ਜੀ ਬਾਣੀਆ ਮੈਨੇਜਰ, ਇਹਨਾਂ ਨੂੰ ਮੈਂ ਟਾਈਮ ਪਈ ਨਹੀਂ ਦੇ ਸਕਦਾ। ਹੁਣ ਮੈਂ ਬੇਨਤੀ ਕਰੂੰਗਾ ਭਾਈ ਬਲਦੇਵ ਸਿੰਘ ਜੀ ਐਡਵੋਕੇਟ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਹੀ ਦੁਖਦਾਈ ਸਮੇਂ 'ਤੇ ਇੱਥੇ ਇਕੱਤਰ ਹੋਏ ਹਾਂ, ਜਦੋਂ ਕਿ ਸਾਡੇ ਛੋਟੇ ਵੀਰ ਬਲਦੇਵ ਸਿੰਘ ਜੀ ਜਿਵੇਂ ਇਸ ਘਰ ਦਾ ਚਿਰਾਗ ਸੀ ਉਹ ਬੜੀ ਲੰਮੀ ਬਿਮਾਰੀ ਨਾਲ ਜੂਝਦੇ ਹੋਏ ਪਿਛਲੇ ਦਿਨੀ ਚਲਾਣਾ ਕਰਦੇ ਨੇ। ਪਰਿਵਾਰ ਨੇ ਬਹੁਤ ਉਹਨਾਂ ਦੀ ਸੇਵਾ ਕੀਤੀ, ਇਲਾਜ ਵੀ ਬੜਾ ਕਰਾਇਆ। ਇਨਸਾਨ ਦੇ ਤਾਂ ਇਹੋ ਹੀ ਫਰਜ਼ ਨੇ, ਪਰ ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ। ਗੁਰਬਾਣੀ ਦੇ ਵਿੱਚ ਲਿਖਿਆ ਮਰਨ ਲਿਖਾਏ ਮੰਡਣ ਮੈਂ, ਹਰ ਇੱਕ ਬੰਦਾ ਆਪਣਾ ਮਰਨ ਦਾ ਸਮਾਂ ਜਿਹੜਾ ਉਹ ਜਨਮ ਤੋਂ ਪਹਿਲਾਂ ਨਿਸ਼ਚਿਤ ਕਰਾ ਕੇ ਆਉਂਦਾ, ਪਰ ਜੋ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਸਮੇਂ ਦੇ ਨਾਲ
इस संसार तो जाता है वह दुख तो जरूर होंगे पर इन्ना हों भी जिम्मेवारियां निभा गया पर जोड़ा इस उम्र के छोटे छोटे बच्चों को छड़ के जाना वो फिर थोड़ा दुखदाई जरूर है वह तो यह सारा होर परिवार मिल के जोड़े भी सज्जन बेली ने इनू ये ना महसूस हो कि तेरे फादर साहब नहीं है तेरे पिता नहीं है और ये जो परिवार है शाह परिवार बहुत वधिया परिवार आ बहुत पुराना कांग्रेसी परिवार आ असी तो इन्हां दे सर अवतार सिंह शाह जी उंगल फड़ के फिरे हाँ इस पार्टी के आए हाँ इन्हां दे बहुत सारे पुराने लीडर नाल सरदार सीरपुरा साहब जी बैठे हुए थे उन्होंने भी बड़े नेड़े संबंध ने साडे बड़े सत्कारयोग इतों साडे इंचार्ज रहे ने समाजपुरी साहब उन्होंने भी बड़े संबंध चंगे वो भी आए ने अज साडे एम एल ए साहब भलाईपुर साहब भी इन्हें भी आख्या भी मैं जरूर दो मिनट हाजरी लगानी है इस परिवार ना क्योंकि बहुत ज़्यादा इन्हों परिवार का सारे इलाके देख लिया आर्थिक पक्षों जिंदगी दो तीन पक्ष होंगे आर्थिक पक्ष समाजिक पक्ष धार्मिक पक्ष ये तिना पक्षों तो ये परिवार जोड़ा वा इन्होंने बहुत तरक्की की आ इस करके भाने रब जन भुलाया नहीं जा सकता जोड़ा समा से वो गुजर गया हूँ जोड़ा समा इदा गुजरना ये परमात्मा कृपा करे सच्चे पातशाह परिवार को चढ़ती कला च रखे भाणा मनण का बल बख्शे वाहिगुरू जी का खालसा वाहिगुरू प्यारा सिंह दुगलाना सरनजीत सिंह जी एक्शन खडूर साहब मुलकीर सिंह सरपंच सरजा भाई रणजीत सिंह जी बलदेव सिंह के जीजा साहब सरजा तो इन्हें बी टाइम नहीं दे सकते गर्मी होता करके हूँ मैं गुरमानवीर सिंह जी दिहाड़ी में बेनती करूँगा कि मैच से आन मैच से आके इस परिवार नाल दुख साझा कर वाहेगुरु टल चौर तक छतर दे मालक साहिब श्री गुरु ग्रंथ साहिब जी की पवित्र गोद दे विच अज की इस सोग सभा दे विच इकहत्तर समूह सत्संग जी आओ फतेह की सांझ पाईए वाहेगुरू जी का खालसा वाहेगुरू जी की फतेह धन धन गुरु ग्रंथ साहिब जी की पवित्र बाणी का प्रमाण है राणा राव न को रहे रंग न तुंग फकीर वारी आपो अपनी कोई न बन्ने तीर इस नाशवान संसार से जो भी उपजता है भावें वह बनस्पति हो इंसान हो पशु कोई भी चीज़ होने एक दिन नाश हो जाना है चले जाना है पिछे रह जांदियां ने इंसान दियां कीतियां हुईयां जो किरत कमाई काम कर्म यह सारिया चीज़ा पिछे रह जांदियां ने जिहदा लेखा जोखा हुंदा है सरदार बलदेव सिंह जी बहुत ही वधिया इंसान सन ये परिवार ही बहुत वधिया है सरदार अवतार सिंह होणां दा बहुत प्यार वाला परिवार बहुत ज़्यादा बाह फड़न वाला परिवार दसा नौवां दी किरत करन वाला परिवार सी ये पर पातशाह दा हुकम कुछ होर सी मैं जिस दिन इन्हां दा संस्कार सी उस दिन शमशान घाट पहुँचिया बेटा इन्हां दा विरलाप कर रहा सी भरा विरलाप कर रहे सी इन्ना ज़्यादा दुख सी कि पातशाह दी बाणी दियां तुकां एती मार पई गुरु लावे तै की दर्द ना आया उस वेले याद आ रहा सी कि पातशाह बड़े फर्ज रहिंदे सन वीर दे निभाउण वाले अजे घर दे विच जिम्मेवारी कोई भी नहीं सी निभाई ते इन्ना ज़्यादा सफर जिहड़ा जीवन दा रहिंदा सी ते अचानक तैनूं इन्हां दी लोड़ पै गई पर कर कुछ नहीं सकते इस फानी संसार दे जो भी आता है उसका संविधान है उसनों जज दे वांगू काम करना पैंदा है राजन के राजा वो राजा है जे वह संविधान तो पासे जाता है तो फिर इतों का सिस्टम सारा खराब हो जाता है बनस्पति उपजे जे मरे ना रुख बन पैदा होने वढ़िए ना तो रुख ही रुख हो जाएंगे जे इंसान का समा निर्धारित ना करे तो इंसान ही इंसान हो जाएंगे भराओ उस पातशाह का हुक्म है
जो आया सो चल सी सब की आई वारी है। इस संसार दे जो भी आया उसने चले जाना है एक दिन। इस मैं परिवार दे उन्हां बच्चियां नाल जिहड़े उस दिन रो रहे सी, मैनूं लगदा सी कि सरदार बलदेव सिंह उन्हां दे बच्चे हन। संखेप बीमारी तो बाद वह चले गए। मेरे पिता जी भी विसाखी वाले दिन अज तों 2 साल पहला चले गए सन। एक बार मेरा संसार जिहड़ा जिदा उजड़ गया सी, मैं घर दे बाहर बैठे होना ते मैनूं इंज लगना कि जिदा हुणे ही कोई इहो जिहा भाणा वापरना जिहड़ा जिहदा सारा भार मेरे ते पै जाणा ते मेरे पिछले जी की करनगे। मन ते इक इहो जिहा असर हो गया। पर पातशाह दी कृपा नाल कोई इहो जिहा इंसान मिलिया जिसने मैनूं भाई भिखारी दी एक छोटी जी साखी सुनाई। उहने कहा कि भाई भिखारी जी गुरु घर नूं मन्नण वाले होए सन, बड़े गुरु घर नूं मन्नण वाले होए सन, रब रब करदे सन रात दिन। भाई भिखारी जी दा पुत्तर जवान होया जिस दिन उन्हां दे घर मेल सी उस दिन गुरु दे सिख भी उत्थे पहुंचे तां भाई भिखारी जी दे जिन्ने रिश्तेदार ओह वी पहुंचे। घर दे विच खुशियां दा माहौल सी ते भाई भिखारी जी इक कोने दे विच चले गए ते जा के चिट्टा कपड़ा लिया ते उहनूं सीणा शुरू कर दिता। सियाणिआं बंदिआं ने आण के आखिआ भाई भिखारी जी तुसीं इह की कर रहे जे, इह चिट्टा कपड़ा ते 70 मन्निआ जांदा, तुसीं 70 सीउई जा रहे जे, घर दे विच ते मेल आ रिहा वा, घर दे विच ते गुरु नूं मन्नण वाले लोक आ रहे जिन्हां नूं तुसीं प्रेम करदे जे। भाई भिखारी जी दीन दुनिया दे मालक सन, ब्रह्म ज्ञानी सन, उहनां नूं कहिण लगे कि तुहानूं मैं दस देवां मेरे पुत्तर ने बरात वी चढ़ना जे, मेरे पुत्तर ने उह जिहड़ी इहनां दे लड़ लगणी धी उह घर वी लै आउणी आ ते आउंदिआं ही इस दी मौत हो जाणी आ। सारे हक्के पक्के रहि गए, सारिआं ने इक वार मन जिहड़ा अचंभे दे विच पै गिआ कि भाई जी ने की गल करती आ, जो गल कीती उह पूरी होणी आ। सारे हथ जोड़ के खलो गए, वचन करन लगे भाई जी जे तुसीं दस सकदे जे कि इस दिने दी मौत हो जाणी आ, इस मौत नूं तुसीं रोक नहीं सकदे जे, रोको, इह तुहाडा नौजवान पुत्तर तुर जाएगा, माता की करूगी, तुसीं की करोगे, परिवार की करूगा, भैणां भरा की करनगे। पर भाई भिखारी जी ने हथ जोड़ के वचन कीता, उहने कहा जे मौत मैं अटल मौत रोक सकां ते मैं परमात्मा दे संविधान दे विच वादा बणूंगा। इह मौत वड्डे वड्डे पीर पैगंबर भी रोक सकदे सन, दसवें पातशाह भी कलियां वर्गे साडे साहिबजादे उहनां दी उमर लंबी कर सकदे सन। भाई भिखारी जी ने नहीं रोकी, उसे तरह ही होया। बरात भी गए, बरात आ भी गई, दो झोटे भिड़े, भाई भिखारी जी दा बच्चा जिहड़ा डांग मारन लगा कि इहनां नूं उठा दिया, इक दा सिंग वजा ते उहदी मौत हो गई। भराओ इह अटल आ मौत, इह उहनां बच्चिआं लई आ जिहड़े उस दिन रो रहे सी। मैनूं भी किसे ने सागी सुणा के चुप कराया सी, भराओ इहदे विच कर कुछ नहीं सकदे। उहनां बच्चिआं दा जो परमात्मा ने कर्म लिखिआ वा, जो उहनां दा पालन पोषण लिखिआ वा, उसे तरह ही होगा, अगे नाल वधिया होगा। घाट ते पूरी नहीं हो सकती, पर हुण तुहाडा पिता गुरु ग्रंथ साहिब आ भराओ। इस करके इह जिहड़ी आ एड्डी वड्डी दुखदाई घटना, इहनूं मन्नणा पैणा वा, इह अटल सच्चाई आ। माता पिता सदा नाल नहीं निभदे, अब की बार बख्श बंदे को बौर न पौ जल फेरा। इस वार जाने अनजाने दे विच सरदार बलदेव सिंह तों कोई गलती हो गई होवे, पातशाह माफ करी। देहो सज्जन सीसड़ियां जो होवे साहिब सो मेल, एक अरदास तुसीं जिहड़ी गुरु ग्रंथ साहिब जी दे सामणे कीती आ सच्चे पातशाह, ओह अरदास प्रवान करिओ, उहनूं अपने चरणां दे विच निवास बख्शिओ। इह बहुत वधिया परिवार आ, इहनां दा पिछोकड़ बहुत तकड़ा वा, हर किसे दे नाल खड़न वाला। 2-3 MLA जिहड़े इहनां दे परिवार दे विच परिवार दे जीआं वर्गे आ। मैनूं कल राणा जी दा फोन आया, अज उहनां दी कोई मीटिंग सी मंत्री मंडल दी दिल्ली दे विच, जाखड़ साहिब ते राणा जी सारे चले गए। उहनां कहा कि शाह परिवार नाल दुख सांझा करिओ, मेरा जदों वी समां लगा मैं उत्थे पहुंचूंगा। मंत्री मंडल दा कोई विस्थार होणा दिल्ली दे विच ने, सिक्की भाजी ते राणा जी उहनां दा अथाह परिवार इहनां दे नाल। उहनां कहा अज दुख दी घड़ी आ, असीं तुहाडे नाल खड़े आ, हर वेले नाल खड़े आ, दुख सुख दे विच। पहलां तां कितें कुताही कर सकदे सां, पर हुण तुहाडे ते दुख आ, साडे वल्लों हाजरी लवायो। मैं
मैं सच्चे पातशाह दे चरणा दे उत्ते अरदास करदा इस परिवार नूं भाणा मनण दा बल बख्शो महाराज चढ़दी कला दे विच इसे तरह ही बुलंदियां छोण लाडी वीर नूं हिम्मत बख्शो कि परिवार नूं अगे लै के जा सके सांझा परिवार आ मैं शरदा दे फुल भेट करदा परमात्मा अगे अरदास करदा चढ़दी कला दे विच रखियो मेरे बहुत ही सत्कारयोग सरदार नारायण सिंह सबाजपुरी दे फरजंद सरदार सुखदेव सिंह सबाजपुरी जी बैठे ने बहुत प्यार इन्हां दा बिट्टू चोपड़ा जी बैठे ने देखो इन्हें अमीर आदमी आ ते एक पुरानी गल सुनाई इन्होंने मनण दे विच ते नहीं आउंदा कि साडे वीर जी किसे तों इहो जे पैसे लैण जांदे होणगे पर सच ते सच हुंदा जिहड़ा बंदा मेहनत करके उत्ते पहुंचिया वे उह सच कहणों नहीं डरदा उह 100-200 बंदे च खड़ के वी सच कह सकदा सरदार बलविंदर सिंह जी ख्वासपुरा बैठे ने अनेकां शख्सियतां बैठियां भलाई पुर साहिब बैठे ने बहुत प्यार है इन्हां दा महाराज चढ़दी कला दे विच रखण वाहिगुरू जी का खालसा वाहिगुरू जी की फतेह ਹਰਪ੍ਰੀਤ ਹਰਪ੍ਰੀਤ ਝੰਡੇਰ ਗੁਰਵਿੰਦਰ ਸਿੰਘ ਜੀ ਖਵਾਸਪੁਰ ਪ੍ਰਧਾਨ ਚੋਲਾ ਸਾਹਿਬ ਗੁਰਜੀਤ ਸਿੰਘ ਜੀ ਮੁਗਲਾਣੀ ਜੋ ਬਲਦੇਵ ਸਿੰਘ ਦੇ ਸਾਲਾ ਸਾਹਿਬ ਆ ਜੀ ਹਰਜਿੰਦਰ ਸਿੰਘ ਜੀ ਰਾਜਾ ਮੱਲਾ ਮਨਜੀਤ ਸਿੰਘ ਜੀ ਕਸੀਟਪੁਰ ਜੋ ਇੱਥੇ ਹਾਜ਼ਰ ਆ ਬਈ ਉਹ ਬੋਲ ਨਹੀਂ ਸਕਦੇ ਸਿਰਫ ਸ਼ਾਹ ਨਾਲ ਜ਼ਿਆਦਾ ਪਿਆਰ ਹੋਣ ਦੇ ਨਾਤੇ ਇੱਥੇ ਆ ਕੇ ਮੱਥਾ ਟੇਕ ਕੇ ਉਹਨਾਂ ਦੀ ਸਿਹਤ ਢਿੱਲੀ ਹੋ ਗਈ ਜੋ ਇੱਥੇ ਆਏ ਆ ਉਹ ਅੰਦਰ ਹੀ ਆ ਉਹ ਨਹੀਂ ਬੋਲ ਸਕਦੇ ਉਹਨਾਂ ਦੀ ਹਾਜ਼ਰੀ ਚਰਨਾਂ 'ਚ ਲਵਾ ਰਹੇ ਮਹਾਰਾਜ ਦੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਸੰਤੋਖ ਸਿੰਘ ਜੀ ਭਲਾਈਪੁਰ MLA ਸਾਹਿਬ ਆ ਕੇ ਸ਼ਾਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਵਾਰ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜੁੜ ਬੈਠੀ ਸਾਧ ਸਿੰਘ ਜੀਓ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਸ਼ਾਹ ਜੀ ਦੇ ਹੋਣਹਾਰ ਬੇਟੇ ਸਰਦਾਰ ਬਲਦੇਵ ਸਿੰਘ ਜੀ ਦੇ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਨ ਇਸ ਪਰਿਵਾਰ ਬਾਰੇ ਜੇ ਕਹੀਏ ਤਾਂ ਬਹੁਤ ਲੰਮਾ ਸਮਾਂ ਲੱਗੇਗਾ ਬਹੁਤ ਹੀ ਵਧੀਆ ਪਰਿਵਾਰ ਕਾਂਗਰਸ ਪਾਰਟੀ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜਿਆ ਕਸੀਟਪੁਰ ਪਰਿਵਾਰ ਮਨਜੀਤ ਸਿੰਘ ਜੀ ਦੀ ਉਹਨਾਂ ਦੇ ਫਾਦਰ ਸਾਹਿਬ ਨੇ ਬੜਾ ਵਧੀਆ ਇਹਨਾਂ ਦਾ ਮੇਲ ਮਿਲਾਪ ਇਲਾਕੇ ਦੇ ਵਿੱਚ ਔਰ ਪਹਿਲੋਂ ਇਹ ਹਲਕਾ ਸਾਡਾ ਇਕੱਠਾ ਸੀਗਾ ਹੁਣ ਜਿਹੜੇ ਸਾਡੇ ਇਧਰਲੇ ਪਿੰਡ ਪਿੰਡ ਆ ਬਾਬਾ ਬਕਾਲਾ ਦੇ ਵਿੱਚ ਚਲੇ ਗਏ ਇਸ ਪਰਿਵਾਰ ਨਾਲ ਸਾਡੀ ਬੜੀ ਸਾਂਝ ਪੁਰਾਣੀ ਹਰ ਵੇਲੇ ਇੱਥੇ ਆਉਣ ਜਾਣ ਦਾ ਸਾਨੂੰ ਮੌਕਾ ਮਿਲਦਾ ਰਿਹਾ ਔਰ ਬਹੁਤ ਹੀ ਵਿਸ਼ਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਰਸਾਏ ਹਨ ਅਸੀਂ ਪਰਮਾਤਮਾ ਅੱਗੇ ਇਹ ਅਰਦਾਸ ਬੇਨਤੀ ਕਰਦੇ ਹਾਂ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਉਹਨਾਂ ਦਾ ਪਰਿਵਾਰ ਹੈ ਸਰਦਾਰ ਗੁਰਵਿੰਦਰ ਸਿੰਘ ਜੀ ਲਾਡੀ ਜੀ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਦਾ ਬੇਟਾ ਸਰਵਿੰਦਰ ਸਿੰਘ ਜੀ ਔਰ ਇਹਨਾਂ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਸਾਡੇ ਸਮਾਜਪੁਰੀ ਸਾਹਿਬ ਵੀ ਇੱਥੇ ਪਹੁੰਚੇ ਨੇ ਹੋਰ ਹੀ ਬੜੀਆਂ ਮਹਾਨ ਹਸਤੀਆਂ ਇੱਥੇ ਪਹੁੰਚੀਆਂ ਵਾ ਅੱਜ ਉਹਨਾਂ ਦੇ ਦੁੱਖ ਦੀ ਘੜੀ ਦੇ ਵਿੱਚ ਇੱਥੋਂ ਪਤਾ ਲੱਗਦਾ ਹੈ ਕਿ ਹਲਕੇ ਦੇ ਵਿੱਚ ਔਰ ਇਲਾਕੇ ਦੇ ਵਿੱਚ ਉਹਨਾਂ ਦਾ ਕੀ ਮੇਲ ਮਿਲਾਪ ਸੀਗਾ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਰਦਾਰ ਬਲਦੇਵ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਫੁੱਲ ਭੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਨਿਸ਼ਾਨ ਕਰਕੇ ਮੇਰੇ ਤੋਂ ਪਹਿਲਾਂ ਜਿੰਨੇ ਵਕਤਾਂ ਜਿਨ੍ਹਾਂ ਨੇ ਸਰਦਾਰ ਬਲਦੇਵ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਫਤਿਹ ਬੁਲਾਉਂਦੇ ਪਰ ਫਤਿਹ ਦਾ ਜਵਾਬ ਫਤਿਹ 'ਚ ਨਹੀਂ ਆਇਆ ਫਤਿਹ ਇੱਕ ਆਤਮਿਕ ਨੂੰ ਫਤਿਹ ਆ ਜਿਹਨੇ ਸ੍ਰਿਸ਼ਟੀ ਦੀ ਸਿੱਧਿਆ ਕੀਤੀ ਹੈ ਨਾ ਕਿਸੇ ਵੱਡੇ ਬੰਦੇ ਨੂੰ ਫਤਿਹ ਆ ਨਾ ਕਿਸੇ ਸਰਕਾਰ ਨੂੰ ਫਤਿਹ ਆ ਉਸ ਨਿਰੰਕਾਰ ਨੂੰ ਫਤਿਹ ਆ ਜਿਹਨ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਕੇ ਅਤੇ ਸਾਨੂੰ ਹੀ ਮਾਤ ਤੋਂ ਉੱਤੇ ਆਉਣ ਦਾ ਸਮਾਂ ਪ੍ਰਦਾਨ ਕੀਤਾ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਸਰਵਰੇ ਕਾਇਨਾਤ ਕਲਯੁਗ ਦੇ ਬੋਹੇ ਦਸਾਂ ਪਾਤਸ਼ਾਹ ਨੂੰ ਜਾਤੀ ਜੋਤ ਹਲਪਤ ਤੇ ਰੱਖ ਜਬਰ ਸ਼ਕਤ ਦੇ ਮਾਲਕ ਦਸਾਂ ਪਾਤਸ਼ਾਹ ਦੀ ਜੋਤ ਤੰਗ ਤੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਦੇ ਹੋਏ ਸ਼ਾਹ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਰਿਸ਼ਤੇਦਾਰ ਸੰਬੰਧੀ ਸੁਨੇਹੀ ਰਾਜਨੀਤਿਕ ਪਾਰਟੀਆਂ ਦੇ ਪ੍ਰਮੁੱਖ ਆਗੂ ਇਲਾਕੇ ਦੀਆਂ ਸੰਗਤਾਂ
नगर दियां संगतां अज एक ऐसे दुखांत जो वापरिया शाह परिवार से सरदार अवतार सिंह शाह जी का पुत्र काका बलदेव सिंह बहुत छोटी उम्र परिवार में सदीवी पिछोड़ा दे के गुरु चरणा में जा बराते मेरे तो पहला बोलने वाले मान योग प्रवक्ता जिन्हें बोल के गए ने उन्होंने शाह परिवार के बारे उन्होंने गुणा नु याद किया सांझ करीचे गुणा केरी छोड़ आप गुण चली एक चंगे इंसान एक चंगे शहरी एक चंगा मित्र एक चंगा रिश्तेदार वो सारे गुण सरदार अवतार सिंह थे उन्होंने बाद उन्होंने मार्गदर्शन से चलने वाले उन्होंने मार्गदर्शक बने उन्होंने पुत्र जिन्हों सरदार बलदेव सिंह आप सारे सरकार के फल पेंट करने वास्ते परिवार न दुख साझा करने इकट्ठे हुए हमने काका अवतार सिंह ने चिट्ठी साहब की हाजरी लवाई है गुरजीत सिंह राणे की भी हाजरी लवाई है और सरदार संतोख सिंह सरदार संतोख सिंह जी MLA जो बाबे बकाले तो वर्तमान MLA ने जो मार्केट कमेटी खडूर साहब के मैंबर भी रहे अपने नगर के सरपंच भी रहे सारे दुख सुख भाईवाल बन के रहे हैं अब वो भी शाह परिवार के नाल दुख साझा करने वास्ते आए शाह जी के नाल एक वो परिवार जो अतुट अंग है शाह परिवार का कसीटपुरा साहिब शाह मनजीत सिंह जी शाह मनजीत सिंह के पिता जी उन्हों का शाह परिवार के नाल इन्नी नेड़ता रही है कि मेरे ख्याल है कि जितना उन्हों का प्यार निभिया और निभ रहा गुरु करे इस ही तरह पीढ़ी दर पीढ़ी इन्हों का परिवार निभता रहे प्यार निभता रहे गर्मी बहुत है ज़्यादा मैं बोलना नहीं चाहूँगा तो फिर मिनट से दो ही दिते सी पर मेरा भरा हसन दिया बैठा पर एक गल कह तो मैं ग्रेज नहीं करूँगा जो तो मैं 2002 की इलेक्शन लड़ी है तो सरदार मनजीत सिंह कसीटपुरा ने अगे लगते सब तो पहला मैनू सरदार अवतार सिंह बानिया ने मिलाया फिर मैनू कश्मीर सिंह शाह उन्होंने होर साथी उन्होंने मिलाया कादर शरण सिंह खहरा साहब ने मिलाया ताकि सेवा करने का मौका 5 साल मिले सीट से भावें बेशक लोकतंत्र प्रणाली राही मैं हार गया पर साध संगत जी धन गुरु अंगद देव पातशाह धन श्री गुरु अमरदास पातशाह ने माणिया के माण ने ताणिया के तान ने ओत्या दे पत्तिया की पत्त दत्तिया की आसरिया के आसरे उन्होंने इन्नी महान कृपा की सीट हार के भी जितने वाले मंत्रियों ते MLA साहबाना नालों वध डिवेलपमेंट कर गया ते सब तो वध अपने साथियों नूं उस समय राज करा गया दूसरे हलकियां तो कहिंदे हुंदे सी जी साडे ते थानेदार आखे नहीं लगदे साडे DSP आखे नहीं लगदे हुण वी इहो कुछ लगदा मैनूं सरदार बलदेव सिंह जी गुरु कृपा करे अकाल पुरख निजी तुहानूं बल बख्शे ते सरकारी मशीनरी
ਕੀ ਹੈ ਸੁਣਨਾ ਨਹੀਂ ਜੇ ਆਪਣੇ ਚ ਬਲ ਹੋਵੇ ਤੇ ਗੁਣ ਹੋਣ ਤੇ ਸਰਕਾਰੀ ਮਸ਼ੀਨਰੀ ਨੂੰ ਵਾਰੀ ਗਾੜੀ ਲਾ ਲਈਦਾ। ਆ ਜਿਹੜਾ ਥਰਮਲ ਪਲਾਂਟ ਹੈ ਇਹ ਵੀ ਉਦੋਂ ਦਾਸ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਪਾਸੋਂ ਮਨਜ਼ੂਰ ਕਰਾਇਆ ਸੀ। ਜਿਸ ਦਿਨ ਸ਼ਾਹ ਦੀ ਰੋਟੀ ਖਾਧੀ ਕੈਪਟਨ ਸਾਹਿਬ ਨੇ ਕੋਠੀ ਤੇ ਉਸੇ ਦਿਨ ਸਾਰੀਆਂ ਫਾਈਲਾਂ ਦੂਜੇ ਤੀਜੇ ਦੱਸ ਦਿੱਤਾ ਸੀ ਕਿ ਆਹ ਸਾਰੇ ਹੀ ਕਰਮਚਾਰੀ ਵੱਡੇ ਛੋਟੇ ਬਿਜਲੀ ਦੇ ਮਹਿਕਮੇ ਦੇ ਨਾਲ ਆਏ ਸੀ ਤੇ ਮੈਨੂੰ ਹਾਸਾ ਆਉਂਦਾ ਜੇ ਕਹੋ ਤੇ ਇੱਕ ਦੋ ਮਿੰਟ ਹੋਰ ਗੱਲ ਕਰ ਲੈ ਜੇ ਕਹੋ ਤੇ ਨਾ ਕਰਾਂ। ਇਕਬਾਲ ਸਿੰਘ ਬੈਠੇ ਨੇ ਭਗਤ ਦਾ ਗੁੱਸਾ ਨਾ ਕਰ ਲੈਣ। ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਜਿਸਨੇ ਹਿੰਦੁਸਤਾਨ ਦੀ ਸ਼ਾਨ ਦੁਨੀਆਂ ਦੇ ਦੇਸ਼ਾਂ ਵਿੱਚ ਵਧਾਈ ਉਹਨਾਂ ਦੇ ਪਾਸੋਂ ਇਹਦਾ ਨੀਂਹ ਪੱਥਰ ਰਖਾਇਆ ਤੇ ਸਾਰੇ ਜਿੰਨੇ ਸਰਕਾਰੀ ਰੂਲ ਸੀ ਉਹ ਪੂਰੇ ਹੋ ਗਏ ਤੇ ਉਸ ਵੇਲੇ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੇ ਇੱਥੇ ਬੜਾ ਰੌਲਾ ਬੜਾ ਧੋਲ ਧਮਾਕਾ ਜੀ ਕੇ ਇੱਥੇ ਰੱਖਣਾ ਆਉਣਾ ਆ ਨੀ ਪੱਥਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਮੈਂ ਦੋ ਤਿੰਨ ਦਿਨ ਤੇ ਚੁੱਪ ਕਰ ਰਿਹਾ ਵੀ ਚਲੋ ਮੈਂ ਕਿਹਾ ਇਹਨਾਂ ਦੀ ਮੌਕੇ ਦੀ ਸਰਕਾਰ ਕਰਨ ਦਿਓ ਜੋ ਕਰਦੇ ਨੇ ਪਰ ਮੈਨੂੰ ਬਾਰ ਬਾਰ ਪ੍ਰੈਸ ਵਾਲੇ ਪੁੱਛਣ ਮੈਂ ਕਿਹਾ ਬਿਲਕੁਲ ਗਲਤ ਆ ਉਸ ਲੋਕ ਨੇ ਇਹਦਾ ਨੀ ਪੱਥਰ ਰੱਖਿਆ ਡਾਕਟਰ ਮਨਮੋਹਨ ਸਿੰਘ ਨੇ ਜੇ ਦੁਨੀਆਂ ਦੇ ਵਿੱਚ ਕਮਜ਼ੋਰ ਨਹੀਂ ਹੋਣ ਦਿੱਤਾ ਹਿੰਦੁਸਤਾਨ ਨੂੰ ਇੱਕ ਸਿੱਟ ਨਹੀਂ ਡਾਕਟਰ ਮਨਮੋਹਨ ਸਿੰਘ ਨੇ ਉਹਨੇ ਇਹਦਾ ਨੀਂਹ ਪੱਥਰ ਰੱਖਿਆ ਕਿਹੜਾ ਨੀਂਹ ਪੱਥਰ ਰੱਖੇ ਕੋਈ ਨਵਾਂ ਭਾਵੇਂ ਬਣਾ ਦੇਣ ਹੋਰ ਖੁਸ਼ ਹੋ ਕੇ ਇੱਕ ਹੋਰ ਥਰਮਲ ਪਲਾਂਟ ਦੇ ਜਾਣ। ਅਗਲੇ ਦਿਨ ਮੈਨੂੰ ਇੱਕ ਬਹੁਤ ਵੱਡੇ ਅਫਸਰ ਦਾ ਟੈਲੀਫੋਨ ਆ ਜੀ ਤੇ ਹਲਚਲ ਮੱਚ ਗਈ ਸਾਰੇ ਸੈਕਟਰੀਏਟ ਦੇ ਵਿੱਚ ਕਿ ਤੁਹਾਡੇ ਬਿਆਨ ਨੇ ਮੈਂ ਕਿਹਾ ਜੀ ਤੁਸੀਂ ਆਣ ਕੇ ਦੇਖ ਲਓ। ਫਿਰ ਅਗਲੇ ਦਿਨ ਆਇਆ ਸਰਦਾਰ ਇਕਬਾਲ ਸਿੰਘ ਜੀ ਬਿਆਨ ਭਈ ਨਹੀਂ ਇੱਥੋਂ ਦੀ ਥਰਮਲ ਪਲਾਂਟ ਦੀ ਮਿੱਟੀ ਦੀ ਖੁਦਾਈ ਦਾ ਉਦਘਾਟਨ ਕਰਨ ਵਾਸਤੇ ਆ ਰਹੇ। ਇਸ ਵਾਸਤੇ ਮੇਰੇ ਭਰਾਓ ਮੈਂ ਜ਼ਿਆਦਾ ਗਲਤ ਨਹੀਂ ਕਰਨਾ ਚਾਹੁੰਦਾ ਜਿੰਨੀ ਡਿਵੈਲਪਮੈਂਟ ਦਾਸ ਦੇ ਸਮੇਂ ਪਿੰਡਾਂ ਦੀ ਡਿਵੈਲਪਮੈਂਟ ਦੀ ਜਾਂ ਹੋਰ ਜੋ ਕੁਛ ਵੀ ਜ਼ਿਆਦਾ ਮੈਂ ਨਾ ਕਹਾਂ ਅੱਜ ਸਿਰਫ ਮੈਂ ਇਸ ਲਈ ਬੋਲਿਆ ਕਿ ਸਰਦਾਰ ਅਵਤਾਰ ਸਿੰਘ ਨੇ ਸਭ ਤੋਂ ਪਹਿਲਾਂ ਸਰਦਾਰ ਮਨਜੀਤ ਸਿੰਘ ਦੇ ਕਹਿਣ ਤੇ ਦਾਸ ਨੂੰ ਇੱਕ ਏਡੀ ਵੱਡੀ ਆਸਰਾ ਦਿੱਤਾ ਸੀ ਤੇ ਨਾਲ ਮੈਂ ਦੂਜਿਆਂ ਨੂੰ ਕਹਿ ਦਿਆਂ ਕਾਂਗਰਸੀ ਵੀ ਮੇਰੇ ਖਿਲਾਫ ਮੀਟਿੰਗਾਂ ਕਰਦੇ ਸੀ ਇੱਕ ਇੱਧਰ ਹੈਗਾ ਪਿੰਡ ਮੈਂ ਦੱਸਣਾ ਨੀਗਾ ਇਸ ਬਾਅਦ ਤੁਸੀਂ ਆਏ ਨੂੰ ਹਰਾ ਦਿਓ ਤਕੜੇ ਹੋ ਕੇ ਬਲਦੇਵ ਸਿੰਘ ਤੈਨੂੰ ਸਾਰਾ ਪਤਾ ਮੈਂ ਕਿਹਾ ਕੋਈ ਗੱਲ ਨਹੀਂ ਜਿਸ ਕੇ ਸਿਰ ਉੱਪਰ ਤੋਂ ਸਾਮੀ ਸੋ ਦੁੱਖ ਪੈਸਾ ਪਾਵੇ ਮੈਂ ਉਸ ਗੁਰੂ ਘਰ ਦਾ ਝਾੜੂ ਬਰਦਾਰ ਹਾਂ ਸਾਧ ਸੰਗਤ ਦੇ ਜੋੜੇ ਝਾੜਨ ਵਾਲਾ ਤੇ ਮੈਂ ਹਾਰ ਵੀ ਗਿਆ ਤੇ ਜਿੱਤ ਕੇ ਮਾਰਿਆ ਤੇ ਉੱਤੋਂ ਦੀ ਲੱਤ ਨਿਕਾਊਂਗਾ ਚਿੰਤਾ ਨਾ ਕਰੋ। ਕਈਆਂ ਮੀਟਿੰਗਾਂ 'ਚ ਰੌਲਾ ਪੈਂਦਾ ਸੀ ਜੀ ਕਿ ਸਮਾਜ ਦੀ ਰਸੀਟ ਹਾਰ ਗਿਆ ਲੇਕਿਨ ਉਹਦੇ ਡਿਵੈਲਪਮੈਂਟ ਬੜੀ ਹੋ ਰਹੀ ਹੈ ਕਈ ਗੱਲਾਂ ਨੇ। ਮੈਂ ਅੱਜ ਬਹੁਤ ਹੀ ਦੁਖੀ ਹਿਰਕੇ ਦੇ ਨਾਲ ਪਹਿਲਾਂ ਤਾਂ ਸਰਦਾਰ ਅਵਤਾਰ ਸਿੰਘ ਸਾਨੂੰ ਬਹੁਤ ਜਲਦੀ ਵਿਛੋੜਾ ਦੇ ਕੇ ਚਲੇ ਗਏ ਅੱਜ ਸਾਡਾ ਪਿਆਰਾ ਬੇਟਾ ਕਾਕਾ ਬਲਦੇਵ ਸਿੰਘ ਬਿਮਾਰੀ ਦੇ ਨਾਲ ਜੂਝਦੇ ਹੋਏ ਪਰਿਵਾਰ ਨੂੰ ਸਾਰਿਆਂ ਨੂੰ ਵਿਛੋੜਾ ਦੇ ਕੇ ਚਲੇ ਗਏ। ਲਾਡੀ ਜੀ ਅਤੇ ਛੋਟੇ ਕਾਕੇ ਨੂੰ ਮੈਂ ਪੱਕੀ ਕਰਾਂਗਾ ਹੱਥ ਰੱਖੇ ਸਾਰੇ ਪਰਿਵਾਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਕਿਰਪਾ ਦੇ ਨਾਲ ਬੱਚੋ ਸਰਦੇਵ ਸਿੰਘ ਦੇ ਬੱਚਿਆਂ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਜਿਸ ਤਰ੍ਹਾਂ ਦੀ ਉਹਨਾਂ ਨੂੰ ਇੱਛਾ ਸੀ ਇਹਨਾਂ ਬੱਚਿਆਂ ਨੂੰ ਪੜ੍ਹਾਉਣ ਦੀ ਇਹਨਾਂ ਨੂੰ ਪੂਰੀ ਵਿੱਦਿਆ ਦੇ ਕੇ ਆਤਮ ਨਿਰਭਰ ਕਰਕੇ ਅਤੇ ਇਹਨਾਂ ਨੂੰ ਬਾਪ ਵਾਲਾ ਪਿਆਰ ਤੁਹਾਨੂੰ ਦੇਣਾ ਪਵੇਗਾ। ਸਾਡੇ ਵਿੱਚ ਅੱਗੇ ਗੁਣ ਬਹੁਤ ਨੇ ਮੈਂ ਤਾਂ ਕੀ ਕਹਿਣਾ ਬੱਚਿਆਂ ਨੂੰ ਵੀ ਕਹਾਂਗਾ ਬੀਬੀ ਜੀ ਨੂੰ ਵੀ ਕਹਾਂਗਾ ਕਿ ਪਰਿਵਾਰ ਦੇ ਵਿੱਚ ਬਿਲਕੁਲ ਸਮਿਲਤ ਹੋ ਕੇ ਬੱਚੇ ਆਪਣੇ ਚਾਚੇ ਪੈਰਾਂ ਦੇ ਮਾਰਗ ਦਰਸ਼ਨ 'ਤੇ ਚੱਲਣ ਆਪਣੇ ਦਾਦਾ ਜੀ ਦੇ ਮਾਰਗ ਦਰਸ਼ਨ 'ਤੇ ਚੱਲਦੇ ਹੋਏ ਆਪਣੇ ਪਿਤਾ ਜੀ ਦੇ ਮਾਰਗ ਦਰਸ਼ਨ 'ਤੇ ਚੱਲਦੇ ਹੋਏ ਸ਼ਾਹ ਪਰਿਵਾਰ ਦਾ ਮਾਣ ਸਤਿਕਾਰ ਵਧਾਉਂਦੇ ਹੋਏ ਆਪਣੇ ਜੀਵਨ ਦੀਆਂ ਪਲਾਂਘਾਂ ਪੱਟਦੇ ਹੋਏ ਉਹਨਾਂ ਦੇ ਜੋ ਸੋਚ ਸੀ ਮਨ ਦੇ ਵਿੱਚ ਉਹ ਦਿਨ ਤੱਕ ਆਪਣਾ ਜੀਵਨ ਬਣਾਉਣ ਇਹਨਾਂ ਸ਼ਬਦਾਂ ਦੇ ਨਾਲ ਜੋਤੀ ਜੋਤ ਰਲੀ ਜਲ ਕਾ ਜਲ ਹੋਆ ਰਾਮ ਸੂਰਜ ਕਿਰਨ ਮਿਲੇ ਸੰਪੂਰਨ ਕਿਆ ਰਾਮ
ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਦੇ ਹਿੰਜ ਨੂੰ ਚਿੰਤੇ ਬਾਜ ਪਾਏ ਤਿਸ ਰੱਬ ਦੇ ਕੇਲਾਂ ਵਿਛੀਆਂ ਜੋ ਮਨ ਕੀਤੇ ਕੀਤੇ ਸਨ ਸੋ ਗਾਲੀ ਰੱਬ ਪੀਆਂ। ਸੋ ਆ ਸੰਗਤ ਜੀ ਮੈਂ ਇਹਨਾਂ ਸ਼ਬਦਾਂ ਦੇ ਨਾਲ ਡਾਕਟਰ ਬਲਦੇਵ ਸਿੰਘ ਜੀ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਗੁਰੂ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜੀ ਪਾਤਸ਼ਾਹ ਜੀ ਦੀ ਆਤਮਾ ਨੂੰ ਆਪ ਜੀ ਨੇ ਆਪਣੇ ਚਰਨਾਂ 'ਚ ਉਸ ਦਿਨ ਹੀ ਨਿਵਾਸ ਬਖਸ਼ ਦਿੱਤਾ। ਪਰਵਾਨ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ। ਇਹਨਾਂ ਸ਼ਬਦਾਂ ਦੇ ਨਾਲ ਸਾਡਾ ਸਾਰਿਆਂ ਦਾ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਫਿਰ ਮੈਂ ਬੇਨਤੀ ਕਰਦਾ ਹਾਂ ਕਿ ਗੱਦ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕੋ ਇਹਨਾਂ ਕੋਲੋਂ ਵੇਖਿਆ ਨਹੀਂ ਸੀ ਜਾਂਦਾ ਵਰਲਾਪ ਕਰਦੀਆਂ ਕੋਲੋਂ ਤਾਂ ਕੀ ਹੋ ਗਿਆ ਕੀ ਹੋ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਚੜ੍ਹਦੀ ਕਲਾ ਕਰੇ। ਆਈਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਵੀ ਸ਼ਾਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਜੀ ਇਲਾਕੇ ਦੇ ਪਦਵੰਤ ਸੱਜਣ ਕਾਂਗਰਸੀ ਅਕਾਲੀ ਸ਼ਾਹ ਜੀ ਪਰਿਵਾਰ ਨਾਲ ਬਹੁਤ ਹੀ ਵਧੀਆ ਕੋਈ ਮੇਲ ਪੇਲ ਨਹੀਂ। ਅਕਾਲੀਆਂ ਨਾਲ ਵੀ ਓਨਾ ਪਿਆਰ, ਕਾਂਗਰਸੀਆਂ ਨਾਲ ਵੀ ਓਨਾ ਪਿਆਰ, ਆਮ ਜਨਤਾ ਨਾਲ ਵੀ ਓਨਾ ਪਿਆਰ। ਦਾਸ ਕੋਲੋਂ ਕਿਸੇ ਦਾ ਨਾਮ ਬੋਲਣਾ ਰਹਿ ਗਿਆ ਹੋਵੇ ਤਾਂ ਮੈਂ ਬਈ ਗੁਰੂ ਦੀ ਹਜ਼ੂਰੀ ਵਿੱਚ ਸਿਮਾਂ ਦਾ ਜਾਚ ਗਿਆ ਭੁੱਲ ਬਖਸ਼ਣੀ। ਹੁਣ ਗੁਰੂ ਕਾ ਲੰਗਰ ਤਿਆਰ ਆ, ਹਰ ਇੱਕ ਮਾਈ ਭਾਈ ਦੇ ਚਰਨਾਂ ਵਿੱਚ ਬੇਨਤੀ ਆ ਕਿ ਪਹਿਲਾਂ ਗੁਰੂ ਕਾ ਪ੍ਰਸ਼ਾਦ ਵਰਤਾਇਆ ਜਾਏਗਾ, ਪ੍ਰਸ਼ਾਦ ਲਓ, ਬਾਅਦ ਵਿੱਚ ਗੁਰੂ ਕਾ ਲੰਗਰ ਤਿਆਰ ਆ, ਲੰਗਰ ਛਕ ਕੇ ਜਾਣਾ। ਸੋ ਦਾਸ ਫਿਰ ਦੁਬਾਰੇ ਬੇਨਤੀ ਆ, ਕਿਸੇ ਸਿੰਘ ਦਾ ਨਾਂ ਨਾ ਲਿਆ ਜਾਵੇ, ਦਾਸ ਨੂੰ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।